ਅੱਜ ਰਹਿੰਦੇ ਆ ਬੜੇ ਹੀ ਘਟਿਆ ਬੰਦੇ ਆ ਬਈ। ਕੀ ਹੋਇਆ ਘਟਿਆ ਬੰਦੇ ਆ? ਉਹ ਕੀ ਹੋਇਆ? ਤੁਸੀਂ ਨਾ ਬੋਲਿਆ ਨੀ, ਤੁਸੀਂ ਵੇਚਦੇ ਰਹਿੰਦੇ ਹੋ। ਕੀ ਬਕਵਾਸ ਕਰਨ ਦੇ ਆ? ਆ ਸਾਈਕਲਾਂ ਵਾਲਾ ਅਸਲਮ, ਐਡਾ ਘਟਿਆ ਬੰਦਾ ਮੈਂ ਜ਼ਿੰਦਗੀ ਚ ਨੀ ਵੇਖਿਆ। ਕੀ ਹੋਇਆ? ਮੈਂ ਤੁਹਾਡੇ ਵਾਲਾ ਆਉਂਦਿਆ, ਮੈਨੂੰ ਕਹਿੰਦਾ ਆਲਾ ਫੜ ਰੋਕਾ ਪਟਵਾਰੀ ਦੀ ਧੀ ਨੂੰ ਦੇ ਆ। ਹੈਂ? ਮੈਂ ਚੰਡ ਮਾਰੀ, ਮੈਂ ਕਿਹਾ ਬਗੈਰ ਸਮਝਿਆ ਹੀ। ਸ਼ਾਬਾਸ਼ ਮੇਰਾ ਪੁੱਤਰ, ਮੈਂ ਜ਼ਬਾਨ ਨਹੀਂ ਦੱਸ ਦਿਆਂਗਾ। ਮੈਂ ਲੱਤਾਂ ਤੋੜ ਛੱਡੀਆਂ, ਹੋ ਜਾ ਕੋ ਬਗੈਰਤਾਂ ਵਾਲਾ ਕੰਮ ਕੀਤਾ ਨਾ ਮੁਰਾਦਾ। ਇਧਰ ਆ ਮੇਰਾ ਆ ਕੇ। ਹਾਂਜੀ। ਕਿੱਥੇ ਗਿਆ ਹੈ? ਮੈਂ ਪੈਲੀਆਂ 'ਚ ਸਬਜ਼ੀ ਪੁੱਟਣ ਗਿਆ ਹਾਂ। ਬੇਟਾ ਅੱਜ ਤੋਂ ਬਾਅਦ ਇਸ ਘਰ 'ਚ ਸਬਜ਼ੀ ਨਹੀਂ, ਇੱਥੇ ਕੁੱਕੜ ਹੀ ਪਕੜਗੇ। ਕਿਉਂ ਜੀ? ਐਤਕੀ ਆਲੂਆਂ ਦੀ ਥਾਂ ਅੰਡੇ ਬੀਜਣੇ। ਤੈਨੂੰ ਨਹੀਂ ਨਾ ਪਤਾ ਮੇਰੀਆਂ ਸਕੀਮਾਂ ਦਾ। ਕਿਹੜੀਆਂ ਸਕੀਮਾਂ? ਆ ਜਿਹੜਾ ਤੂੰ ਆਉਂਦੀਆਂ ਲੱਤਾਂ ਨੂੰ ਪਿਆ, ਤੂੰ ਕੀ ਸਕੀਮ ਬਣਾਈ ਆ? ਆ ਮੈਂ ਕੀ ਸਕੀਮ ਬਣਾਉਣੀ ਜੀ? ਆ ਵੈਸੇ ਤੁਹਾਡੀ ਖਿਦਮਤ ਨੂੰ ਦਿਲ ਪਿਆ ਕਰਦਾ। ਖਿਦਮਤ ਨੂੰ ਦਵਾ ਕਰਾ, ਕੰਮ ਦੱਸ। ਕੰਮ ਕੀ ਹੋ? ਕੰਮ ਕੀ ਹੋਣਾ ਜੀ? ਚੌਧਰੀ ਸਾਹਿਬ, ਮੇਰੀ ਫੁੱਫੀ ਦੀ ਧੀ ਦਾ ਵਿਆਹ ਹੋਏ। ਅੱਛਾ। ਮੈਨੂੰ ਛੁੱਟੀ ਚਾਹੀਦੀ। ਇਹ ਕਿੰਨੀਆਂ ਕੁ ਤੇਰੀਆਂ ਫੁੱਫੀਆਂ ਨੇ ਤੇ ਕਿੰਨੀਆਂ ਕੁ ਉਹਨਾਂ ਕੁੜੀਆਂ ਜੰਮੀਆਂ ਜਿਹੜਾ ਹਰ ਜੁਮੇ ਤੈਨੂੰ ਛੁੱਟੀ ਚਾਹੀਦੀ ਹੁੰਦੀ? ਮੇਰੀਆਂ ਨੀ ਮਾਸ਼ਾਅੱਲਾ 7 ਫੁੱਫੀਆਂ। ਅੱਲਾ ਤੇਰੀ ਦਾਦੀ ਦੀ ਖੈਰ ਕਰੇ ਯਾਰ, ਉਹ ਤੇ ਵਿਆਹ ਮਰਨ ਵਾਲੀ ਹੋ ਗਈ ਹੋਣੀ। ਪਹਿਲੀ ਫੁੱਫੀ ਦੀਆਂ 5 ਕੁੜੀਆਂ। ਅੱਛਾ। ਦੂਜੀ ਦੀਆਂ 10। ਅੱਛਾ। ਤੀਜੀ ਦੀਆਂ 15। ਅੱਛਾ। ਚੌਥੀ ਦੀਆਂ 20। ਤੁਹਾਨੂੰ ਕੀ ਪਤਾ? ਪੁੱਤਰ ਰੇਸ਼ ਹੋਈ ਇਹ ਜਾਣ ਨਹੀਂ। ਮੈਨੂੰ ਇਹ ਦੱਸ, ਸਾਰੀਆਂ ਕੁੜੀਆਂ ਹੀ ਜੰਮੀਆਂ ਕਿ ਜਿਹੜੇ ਮੁੰਡਾ ਨਹੀਂ ਜੰਮਿਆ? ਨਾ ਜੀ, ਪਰ ਸ਼ਰਤਾਂ ਲਾ ਕੇ ਕੁੜੀਆਂ ਹੀ ਜਾਂਦੀਆਂ ਨਹੀਂ। ਆ ਪੁੱਤਰ, ਛੁੱਟੀ ਤੈਨੂੰ ਇੱਕ ਸ਼ਰਤ ਮਿਲ ਸਕਦੀ ਹੈ, ਜੇ ਆਪਣੀ ਥਾਂ ਤੇ ਸਾਨੂੰ ਕੋਈ ਕੰਮ ਆ ਦੇ ਜਾਂਗਾ ਤੇ। ਲੋ ਮੈਂ ਕਿੱਥੋਂ ਦੇ ਜਾਂ ਕੰਮ? ਪੁੱਤਰ ਛੁੱਟੀ ਵੀ ਨਹੀਂ ਮਿਲਣੀ ਤੇਰੇ, ਸਾਡਾ ਤੇਰੇ ਬਗੈਰ ਕੰਮ ਨਹੀਂ ਚੱਲਦਾ। ਆ ਮੈਂ ਕਿੱਥੋਂ ਦੇਾਂ ਕੰਮ? ਚੱਲ ਦਵਾ ਨਾ ਮਰਾਦ, ਉਹ ਮੁੰਡਾ ਲੈ ਕੇ ਆ ਕੰਮ ਆਪਣੀ ਜਗ੍ਹਾ ਤੇ, ਵਰਨਾ ਛੁੱਟੀ ਨਹੀਂ ਮਿਲਣੀ। ਕਿੱਥੋਂ ਕੰਮ ਲਿਆਈਏ? ਜਿੱਥੋਂ ਮਰਜ਼ੀ ਲਿਆ। ਆ ਘਰ ਦੇ ਕਿੱਥੇ ਗਏ ਆ? ਉਹ ਸਰਕਸ ਵੇਖਣ ਗਏ ਨੇ। ਕਿਹਦੇ ਨਾਲ? ਬਾਬੇ ਹੋਰਾਂ ਨਾਲ। ਕਿਹੜਾ ਬਾਬਾ? ਬੜਾ ਮਹਿੰਗਾ ਬਾਬਾ ਲੈ ਕੇ ਆਇਆ। ਅੱਛਾ ਜੀ, ਆ ਸੋਨੀ ਵਾਲਿਆਂ ਦਾ ਕਿ ਐਲਜੀ ਵਾਲਿਆਂ ਦਾ? ਬੱਕ ਬੱਕ ਨਾ ਕਰ, ਬਾਬੇ ਦੀ ਖਿਦਮਤ ਕਰਨੀ, ਉਹਨੂੰ ਖਵਾਉਣਾ ਪਿਆਣਾ ਰੱਜ ਕੇ। ਐਤਕੀ ਵੱਡੀ ਤੇ ਬਾਬਾ ਕਰਨਾ? ਮੇਰੇ ਕੋਲ ਲਿੱਤਰ ਨਖਾਲ ਵੀ ਹੈ, ਚੱਲ ਜਾ ਕੇ ਲੱਸੀ ਲੈ ਕੇ ਆ। ਲੱਸੀ ਲੈ ਕੇ ਆ, ਸੜਦੇ ਰੋ ਪਾਉਂਦੇ ਰਹਿੰਦੇ ਆ। ਹਾ ਪਿਓ ਮੇਰਾ ਮਰ ਗਿਆ ਤੇ ਇੱਥੇ ਮੁਲਾਜ਼ਮਤ ਕਰਨੀ ਪੈਂਦੀ ਆ, ਬੜੇ ਅਮੀਰ ਆਦਮੀ ਹੁੰਦੇ ਆ। ਤੇ ਅੱਬਾ ਕਿਵੇਂ ਮਰ ਗਿਆ ਪੁੱਤਰ? ਬਸ ਹੈਲੀਕਾਪਟਰ 'ਚ ਜਾਣ ਡਿਆ ਸੀ, ਠੰਡ ਲੱਗੀ, ਪੱਖਾ ਬੰਦ ਕਰਤਾ। ਪੱਖਾ ਜਾ ਪਿਆ ਨਾਲ ਉਹਦੇ ਹੈਲੀਕਾਪਟਰ ਦੇ ਥੱਲੇ ਜੰਗਲ 'ਚ। ਤੇ ਕਿਹੜੀ ਤਰੀਕ ਦਾ ਵਾਕਿਆ ਜੀ? ਇਹ 26 ਨਵੰਬਰ ਦਾ ਜੀ। ਲੈ ਉਸੇ ਦਿਨ ਮੇਰਾ ਅੱਬਾ ਮਰਿਆ ਸੀ। ਉਹ ਕਿਵੇਂ? ਤੇਰੇ ਅੱਬੇ ਦਾ ਹੈਲੀਕਾਪਟਰ ਮੇਰੇ ਅੱਬੇ ਤੇ ਡਿੱਗਾ ਹੈ। ਤੁਹਾਡਾ ਅੱਬਾ ਜੰਗਲ 'ਚ ਸਿਗੜ ਲੈਣ ਗਿਆ ਸੀ ਤੇ ਤੇਰਾ ਅੱਬਾ ਹੈਲੀਕਾਪਟਰ 'ਚ ਦਾਲ ਵੇਚਣ ਡੇ ਆ ਸੀ। ਚੱਲ ਦਵਾ ਅੰਦਰ, ਦਵਾ ਅੰਦਰ। ਬਦਤਮੀਜ਼ ਕਰਦਾ ਅੱਗੋਂ, ਬਦਤਮੀਜ਼ ਕਰਦਾ ਅੱਗੋਂ। ਮੈਂ ਛਿੱਤਰ ਮਾਰ ਮਾਰ ਕੇ ਝੰਡ ਲਾ ਛੱਡਣੀ ਤੇਰੀ। ਛਿੱਤਰ ਮਾਰ ਮਾਰ ਕੇ ਝੰਡ ਲਾ ਦੇਣੀ ਆ? ਪਹਿਲੇ ਨੌਕਰੀਆਂ ਮੰਗਦੇ ਨੇ, ਬਾਅਦ 'ਚ ਚੌੜ ਹੋ ਜਾਂਦੇ। ਚੌੜ ਹੋ ਜਾਂਦੇ ਆ। ਬੱਕ ਬੱਕ ਨਾ ਕਰ ਬਹੁਤੀ, ਬੱਕ ਬੱਕ ਨਾ ਕਰ ਬਹੁਤੀ। ਮੈਂ ਹੀ ਚਾਵਲ ਆ। ਜਿਵੇਂ ਹੁਕਮ ਸਰਕਾਰ। ਇੱਧਰ ਆ ਯਾਰ, ਇੱਧਰ ਆ, ਤੈਨੂੰ ਮੈਂ ਦੱਸਾਂ ਨਾ ਮੁਰਾਦਾ, ਐਸਾ ਸ਼ੋਹਾ ਮੁੰਡਾ ਦੱਸੋ ਇਹ ਕਿਹਨੂੰ ਨੌਕਰੀ ਦਿੱਤੀ? ਉਹ ਤਾਂ ਬੁੜਬੁੜ ਕਰਦਾ ਮਾਲਕਾਂ ਦੇ ਸਾਹਮਣੇ। ਘਰ ਕੋਈ ਹੈ? ਜਿਸ ਤਰ੍ਹਾਂ ਪੁੱਛਣ ਡਏ ਹੋ, ਇਹੋ ਜਿਹੀ ਤਬੀਅਤ ਤਾਂ ਨਹੀਂ ਹੈ। ਨਹੀਂ ਜੀ, ਮੈਂ ਮਦਾਰੀ ਹਾਂ। ਕੱਲੇ ਬੈਠੇ ਹੋ? ਬਾਂਦਰ ਦੌੜ ਗਿਆ ਜੀ। ਹਾਂ ਜੀ, ਆਂਦਾ ਹੀ ਜਾਂਦੇ ਆ, ਮੈਂ ਬਾਂਦਰੀ ਨੂੰ ਭੇਜਣਾ ਵਾ। ਬੁੱਤ ਕਰਦੀ ਆ, ਦੇਰ ਹੋ ਗਈ ਜੀ। ਕਿੱਧਰ ਆਏ ਹੋ? ਮੈਂ ਕਿਹਾ ਤੁਹਾਨੂੰ ਨੌਕਰਾਨੀ ਦੀ ਜ਼ਰੂਰਤ ਹੈ। ਆ ਹੈ ਨੌਕਰਾਨੀ ਦੀ ਜ਼ਰੂਰਤ? ਨਾ ਕੀ ਆ ਤੇਰਾ ਅੰਮੀ ਜੀ? ਤੇ ਮੁੱਤੇ ਆ, ਉਹ ਮਗਰੋਂ ਲੈ ਜਾ ਸਾਡੇ ਉਹ ਅੰਮੀ ਜੀ। ਐ ਲੈ ਫੜ, ਉਹ ਤੋਂ ਬਾਰੀ ਨੂੰ ਵਾਗਾਂ ਵੀ ਪਾਈਆਂ। ਮਾਂ ਨੂੰ ਬਾਜ ਮਾਰ ਕੇ ਮੁੜ ਕੇ ਬਾਰੀ ਵਾਲਾ ਫਕਰ ਲੈਂਦਾ। ਮੈਂ ਕਿਹਾ ਤੇਰਾ ਕੋਈ ਨੌਕਰੀ ਦਾ ਤਜਰਬਾ ਹੈ ਪਹਿਲੇ? ਹਾਂ ਜੀ, ਬੜਾ ਲੰਮਾ ਚੌੜਾ। ਲੰਮਾ ਚੌੜਾ ਕੀ? ਜੀਟੀ ਰੋਡ ਤੇ ਰੋੜੀ ਪਾਉਂਦੀ ਰਹੀ ਹੈ। ਇੱਕ ਥਾਂ ਤੇ 10 ਸਾਲ ਕੀਤੀ ਹੈ ਤੇ ਦੂਸਰੀ ਥਾਂ ਤੇ ਕੱਲ ਤੱਕ। ਹਾਏ ਹਾਏ, ਉੱਥੇ ਦੇ ਸਾਰੀ ਉਮਰ ਹੀ ਲੰਘ ਜਾਣੀ ਸੀ, ਪਰ ਸੱਤਿਆ ਨਾ ਸੋਵੇ ਇਸ ਬਾਬੇ ਦਾ। ਇਹ ਅੱਜ ਕੱਲ ਸਾਰੇ ਬਾਬੇ ਹੀ ਖਰਾਬ ਹੋਣਗੇ। ਮੈਂ ਕਿਹਾ ਮੈਂ ਤੈਨੂੰ 15 ਦਿਨਾਂ ਦੀ ਟਰਾਈ ਤੈਨੂੰ ਕਰਾਣੀ ਰੱਖ ਲੈਂਦਾ ਵਾਂ। ਜੇ ਤੂੰ ਮੈਨੂੰ ਅੱਛੀ ਲੱਗੀ ਤਾਂ ਮੈਂ ਤੈਨੂੰ ਫਿਰ ਪੱਕੀ ਨੂੰ ਕਰਾਣੀ ਰੱਖ ਲਾਂਗਾ। ਹਾਏ ਹਾਏ, ਫਿਕਰ ਨਾ ਕਰੋ, ਮੈਂ ਤੇ ਆਪ 15 ਦਿਨਾਂ ਦੀ ਟਰਾਈ ਤੇ ਆਈ ਆ। ਜੇ ਤੁਸੀਂ ਮੈਨੂੰ ਚੰਗੇ ਲੱਗੇ ਤੇ ਮੈਂ ਆਪ ਤੁਹਾਨੂੰ ਮਾਲਕ ਰੱਖ ਲਵਾਂਗੀ। ਮੈਨੂੰ ਮਾਲਕ ਰੱਖ ਲਵੇ ਤੇ ਹੋਰ ਕੀ ਚਾਹੀਦਾ? ਹਾਂ ਹਾਏ, ਕਿਸ ਤਰ੍ਹਾਂ ਦੀ ਗੱਲਾਂ ਕਰਦੇ ਪਏ ਹੋ? ਤੁਹਾਡਾ ਵਿਆਹ ਨਹੀਂ ਆਇਆ? ਬੜੀ ਪੁਰਾਣੀ ਗੱਲ ਹੈ, ਹੁਣ ਤੇ ਭੁੱਲ ਗਈ।
ਵਾਹ ਯਾਰ ਨੇ ਆ 5 ਮਿੰਟ ਪਹਿਲੇ ਆਉਂਦੀ ਵੇਖਦੀ ਕਿਵੇਂ ਬੀਤੀ ਕਰਦੀ ਏ ਮੇਰੀ ਮੈਂ ਕਿਹਾ ਕੀ ਤੂੰ ਤੇ ਮੈਨੂੰ ਨਕਰਾਣੀ ਰੱਖ ਲਿਆ ਮਾਲਕ ਰੱਖ ਲਿਆ ਹੁਣ ਮੈਂ ਤੈਨੂੰ ਕੀ ਕਵਾਂ ਓ ਮੇਰੀ ਓ ਮਗਰੋਂ ਲੈ ਜਾ ਮੇਰੇ ਓ ਡੇੜ ਲਿਆ ਬੱਚਿਆ ਜਿਸ ਤਰ੍ਹਾਂ ਬਾਗਾਂ ਖੇਡਦੇ ਮੈਨੂੰ ਲੱਗਦਾ ਇਹਨੇ ਪਿੱਛੇ ਸਵਾਰੀਆਂ ਭਾਈਆਂ ਮੇਰਾ ਪੁੱਤਰ ਬਾਰੀ ਨੂੰ ਮਸਾਲਾ ਮਸੂਲਾ ਦਿਆ ਕਰ ਇੰਨੀਆਂ ਬਾਰਿਸ਼ਾਂ ਹੁੰਦੀਆਂ ਇਹਦੀ ਬਾਰੀ ਫੇਰ ਨੀ ਖੋਲ ਕੇ ਬੰਦ ਹੁੰਦੀ ਮੈਂ ਕਿਹਾ ਮੇਰੀ ਨੌਕਰੀ ਪੱਕੀ ਨੌਕਰੀ ਹੋ ਗਈ ਤੇਰੀ ਪੱਕੀ ਮੈਂ ਕਹਿੰਦਾ ਫੇਰ ਮੈਂ ਆਪਣਾ ਸੰਦੂਕ ਲਿਆਵਾਂ ਬਾਹਰੋਂ ਹਾਂ ਤੂੰ ਕਿਧਰੇ ਨੀ ਜਾਣਾ ਤੂੰ ਕਿਉਂ ਸੰਦੂਕ ਲੈਣ ਜਾਂਦਾ ਤੂੰ ਇੱਥੇ ਬਹੁਤ ਚਦਰਾਣੀ ਬਣ ਤੂੰ ਸਿਰਫ ਬਹਿਣਾ ਹੀ ਹੈ ਮੈਂ ਕੁੱਤਾ ਕਾਹਦੇ ਲਈ ਮੈਂ ਆਪ ਸੰਦੂਕ ਲਿਆਉਂਦਾ ਤੇਰਾ ਕਿੱਥੇ ਪਿਆ ਸੰਦੂਕ ਤੇਰਾ ਸ਼ਾਬਾਸ਼ ਅਮਰੂਦਾਂ ਵਾਲੇ ਕੋਲ ਰੱਖ ਇਸ ਸੰਦੂਕ ਉਸ ਨੂੰ ਜਾਂਦੇ ਆ ਭਾਵੇਂ ਸੁਣੀ ਲੱਗ ਗਈ ਹੋਵੇ ਲੈ ਨਹੀਂ ਰਾਣੀਏ ਬੰਦੇ ਤੈਨੂੰ ਚੰਗੇ ਲੱਗ ਗਏ ਨੇ ਕੰਮ ਐ ਕਰਨਗੇ ਤੇ ਤੂੰ ਆਰਾਮ ਕਰੇਂਗੀ ਆਈ ਲੈ ਬੰਦੇ ਆ ਕੌਣ ਆ ਤੂੰ ਪੜਵਾਈ ਸਾਹਿਬ ਕਿੱਥੇ ਨੇ ਉਹ ਸਾਡਾ ਸੰਦੂਕ ਲੈਣ ਗਏ ਨੇ ਲੈ ਸਾਡਾ ਤੁਸੀਂ ਕਿੰਨੇ ਜਣੇ ਹੋ ਵੇ ਤੂੰ ਕੌਣ ਹੈ ਮੈਂ ਨਵਾਂ ਚੱਲਿਆ ਯਾ ਮਹਾਦਵਾ ਦੰਨੇ ਵਾ ਵੇ ਦੱਸ ਮੈਨੂੰ ਕੌਣ ਹੈ ਤੂੰ ਉਹ ਮੈਂ ਇਸ ਘਰ ਦਾ ਮੁਲਾਜ਼ਮ ਹਾਂ